ਕਿੱਥੇ ਤਿਆਰੀ ਕਰ ਲਈ ਸਾਹਿਬਾਂ ਨੇ? ਸਵੇਰੇ ਸਵੇਰੇ ਅੱਜ ਤਿਆਰ ਹੋ ਗਏ ਜੀ? ਅਸੀਂ ਚੱਲੇ ਜਰਾ ਕੇ ਕੰਮ ਸੀ, ਇੱਕ ਦੋ ਪੇਪਰ ਹੀ ਲਿਆਉਣ ਵਾਲੇ ਮੇਰੇ, ਤੇ ਮੈਂ ਚੱਲੀ ਉੱਥੇ ਤੇ ਮੈਂ ਨਾ ਇਹਦੇ ਨਾ ਸਿਰ ਦੇ ਉੱਤੇ ਜੂੜੀ ਕੀਤੀ, ਰਬੜ ਪਾਈ, ਤੇ ਮੈਂ ਦੋ ਪਹਿਲਾਂ ਲੈਣੀਆਂ, ਮੈਂ ਚੱਲ ਦੋ ਕਰ ਦੇਣੀ, ਫਿਰ ਮੈਂ ਚੱਲ ਇੱਕੋ ਹੀ ਕਰ ਦੇਣੀ ਆ ਬਾਹਰ ਲੈ ਕੇ ਜਾਣਾ, ਤੇ ਉਹ ਇੱਕ ਇਹਦੇ ਰਬੜੇ ਦੇ ਹੱਥ 'ਚ ਰਹਿ ਗਈ, ਤੇ ਉਹ ਆਪਣੇ ਨਾ ਵਾਲਾਂ ਨੂੰ ਪਾਉਣੇ, ਕਿੱਥੇ ਪਾਉਣੀ ਹੈ, ਕਿੱਥੇ ਪਾਉਣੀ ਆ, ਇੱਥੇ ਪਾਉਣੀ ਆ, ਇੱਥੇ ਏਦਾਂ ਫੜ ਕੇ ਨਾ ਉਹਨੂੰ, ਤੇ ਇੱਦਾਂ 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 ਕਰਨ ਡਿਆ, ਕਿੱਦਾਂ ਕਿੱਦਾਂ, ਉਹ ਗੰਦੇ ਕੰਮ, ਗੰਦੇ ਕੰਮ ਨਾਲੇ ਮਾਰਕੀਟ ਲੱਗੀ ਬਾਹਰ, ਮੈਂ ਘੁੰਮ ਆਈ, ਉਦਾਂ ਘਰੇ ਰਹਿਣਾ ਹੁੰਦਾ ਕਿਹੜਾ ਕਿਤੇ ਜਾਣਾ ਹੁੰਦਾ, ਕਿਉਂ ਸਾਹਿਬ ਮੂੰਹ ਗੰਦਾ ਕਰਨ ਡਿਆ ਪੁੱਤ, ਬੁਲਬਲੀਆਂ ਮਾਰ ਮਾਰ ਕੇ, ਉਹਦੇ ਦਿਲ ਚ ਮੇਰੇ ਹੱਥੋਂ ਰੱਬ ਆਈ 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 ਹੈਗੀ ਸਾਹਿਬ ਇਹਦੇ ਸ਼ੂਜ਼ ਪਾ ਦਾ ਇਹਨੂੰ, ਤੇ ਮੈਂ ਵੀ ਸ਼ੂਜ਼ ਪਾ ਲਈ ਆਪਣੇ, ਕਦਾਂ ਵੇਖਣ ਦੇ ਸ਼ੂਜ਼ ਵਾਲੇ, ਤੁਹਾਡੇ ਸ਼ੂਜ਼ ਕਿੱਥੇ ਆ, ਇਹਦੇ ਸ਼ੂਜ਼ ਬਾਹਰ ਪਏ, ਉਹ ਫੜਾਉਣੇ ਸੀ, ਦਿਨ ਸ਼ੂਜ਼ ਵਾਲੋ ਕਿੱਦਾਂ ਵੇਖਣ ਦੇ ਗੌਰ ਨਾਲ, ਇਹਦਾ ਦੁੱਧ ਤੇ ਪਸ ਪਰਸ ਲੈ ਗਏ, ਚੱਲੀਏ ਗੁੰਮੀ ਗੁੰਮੀ ਜਾ ਰਹੀਏ, ਡਿੰਗ 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 ਡਿੰਗ, ਹੁਣ ਧੁੱਪ ਨਿਕਲ ਗਈ, ਸਵੇਰੇ ਸਵੇਰੇ ਇੰਨੀ ਧੁੰਦ ਪੈਂਦੀ ਨਾ, ਤਿੰਨ ਚਾਰ ਦਿਨ ਹੋ ਗਏ, ਲਿਆਵਾਂ ਸ਼ੂਜ਼, ਮੈਂ ਸ਼ੂਜ਼ ਲੈ ਕੇ ਆਉਣਾ, ਮੈਂ ਸਾਹਿਬ ਚੱਲੀਏ, ਇਹਨੂੰ ਕਿਉਂ ਖੋਲੀ ਜਾਂਦਾ ਬਾਰ ਬਾਰ ਪੁੱਤ, ਤਸਵੀਂ ਪੁੱਤ ਬੰਦ ਕਰ ਲਿਆ, ਤੂੰ ਫੜ ਕੇ ਖਿੱਚ ਕੇ ਖੋਲ ਦਿਆ ਕਰ, ਨਿਆਣਿਆਂ ਦਾ ਹੋ ਗਿਆ ਘੰਟਾ, ਇੱਕ ਸਕੂਲ ਦਾ ਵੀ ਲੰਘ ਗਿਆ, ਤੇ ਅਜੇ ਬਸ ਨਹੀਂ ਆਉਣੀਆਂ, ਆ ਗਏ ਮਾਰਕੀਟ ਤੋਂ, ਹੋਰ ਹੁਣ ਦੇ ਸਾਨੂੰ ਤੇ ਆ ਗਏ 2 ਘੰਟੇ ਮਾਰਕੀਟ ਤੋਂ ਆਣ ਕੇ, ਤੇ ਰਾਤੀ ਰੋਟੀ ਵੀ ਬਣਾ ਕੇ ਖਾ ਲਈ, ਅੱਛਾ ਤੇ ਸਬਜ਼ੀ ਵੀ ਬਣਾ ਕੇ ਕਾਲੇ ਚਣਿਆਂ ਦੀ, ਤੇ ਸਬਜ਼ੀ ਰਾਤ ਦੀ ਬਣ ਵੀ ਗਈ, ਹੋਰ ਰਾਤ ਦੀ ਬਣਾ ਲਈ ਹੁਣੇ, ਕਿਉਂਕਿ ਫਿਰ ਸ਼ਾਮ ਨੂੰ ਸਾਹਿਬ ਨੂੰ ਕਹਿਣੀ ਆ, ਸ਼ਾਮ ਨੂੰ ਸਕੂਲ ਲੈਣ ਜਾਣਾ ਹੁੰਦਾ ਬਾਹਰੋਂ, ਫਿਰ ਆਣ ਕੇ ਇਹਨਾਂ ਨੂੰ ਦੁੱਧ ਵੀ ਦੇਣਾ, ਸਾਰੇ ਕੰਮ ਕਰ ਲਏ, ਇਹਨਾਂ ਨੂੰ ਨਹਾਉਣਾ ਨਹਾਉਣਾ, ਮੈਂ ਆਪ ਨਹੀਂ ਰਾਈਟ, ਹੁਣ ਟਾਈਮ ਹੈਗਾ ਸਾਹਿਬ ਨੇ ਸੌਣਾ ਵਾ ਨਾ, ਉਹਨੇ ਥੋੜ੍ਹਾ ਜਿਹਾ ਸੌ ਲਿਆ ਅੱਧਾ ਘੰਟਾ, ਆ ਕੀ ਕਰਨ ਡਿਆ ਵਾ ਗੁਰ ਸਾਹਿਬ, ਇਹ ਕਿੱਥੇ ਬਾਹਰ ਜਾਣ ਦੀਆਂ ਤਿਆਰੀਆਂ ਚ, ਪੁੱਤ ਤੂੰ ਬਾਹਰੋਂ ਹੀ ਆਇਆ ਵਾ, ਫੇਰ ਬਾਹਰ ਘਰੋਂ ਡਿਆ ਨਿਕਲ, ਕਿੱਥੇ ਚੱਲਿਆ ਬਾਹਰ, ਹੱਥ ਤਾਂ ਨੂੰ ਰਹਿੰਦੇ ਆ ਵੀ ਬਾਏ ਬਾਏ ਕਰਨ, ਚਲੋ ਆ ਜਾਓ, ਉੱਠੋ ਉੱਠੋ ਉੱਠੋ, ਮਮਾ ਦੇ ਨਾਲ ਚਲੋ ਚਲੋ, ਨਾਲੇ ਉਹ ਤੁਰ ਕੇ ਦੱਸੋ ਮੇਰਾ ਪੁੱਤ ਕਿੱਦਾਂ ਉਹ ਤੁਰੀ ਦਾ, ਹਾਂ ਬਰਾਵੋ, ਵੈਰੀ ਗੁੱਡ ਬੱਚਾ, ਸੋਹਣਾ ਬੱਚਾ, ਇਹ ਤੇ ਸਾਹਿਬ ਹੁਣ ਆਪੇ ਤੁਰ ਲੈਂਦਾ ਹੈ ਨਾ ਸਾਹਿਬ, ਇਹਨੂੰ ਮੈਂ ਅੱਜ ਬਾਹਰ ਲੈ ਕੇ ਗਈ, ਮੈਂ ਆਪਣੀ ਫਰੈਂਡ ਦੇ ਘਰ ਗਈ, ਉਹਨਾਂ ਦੇ ਘਰੋਂ ਨਾ ਹੋਵੇ, ਰੋ ਪਿਆ ਉਹ, ਉੱਥੇ ਪਏ ਸੀ ਟੈਡੀ, ਜੇ ਉਹ ਟੈਡੀ ਫੜਾਉਂਦੇ ਫੜਨੇ ਵੀ ਨਾ ਕਰੀਏ, ਉਹ ਉਹ ਤੇ ਮੈਂ ਆ ਚੱਲੀਏ, ਫਿਰ ਤੁਰ ਪਿਆ ਅੱਗੇ ਅੱਗੇ, ਮੈਂ ਤੇ ਨਹੀਂ ਬਸ ਜਾਣਾ ਇੱਥੇ, ਮੈਂ ਤੇ ਅੱਛਾ ਇੱਥੇ ਰਹਿਣਾ, ਇੱਥੇ ਰਹਿਣਾ, ਬੇਬੀ ਵੇਖ ਕੇ ਆਇਆ ਸੀ ਅੱਜ, ਲੈ ਆਪ ਏਦਾਂ ਆਪ ਅੜ ਜਾਂਦਾ ਜਿੱਥੇ ਮਰਜ਼ੀ, ਗੁਰਸਾਹਿਬ ਸੋਈ ਚੋਂ ਕੱਢਣਾ ਤੇ ਇਹਨੂੰ ਬੜਾ ਹੀ ਔਖਾ ਆ, ਆ ਜਾ ਆ ਜਾ ਆ ਜਾ, ਬੇਬੀ ਵੇਖ ਕੇ ਆਇਆ ਸੀ ਅੱਜ ਤੂੰ ਗੁਰਸਾਹਿਬ, ਬੇਬੀ ਵੇਖ ਕੇ ਆਇਆ ਮੇਰਾ ਪੁੱਤ ਅੱਜ, ਨਿਊ ਵਾਲਾ ਬੇਬੀ ਵੇਖਿਆ ਉੱਥੇ, ਇਹਨੂੰ ਬੇਬੀ ਨਾਲ ਕੀ ਮਤਲਬ, ਇਹਨੂੰ ਤੇ ਬਸ ਕਦੀ ਕੋਈ ਸੋਚਣਾ ਆਪਣੇ, ਕਦੀ ਕੋਈ ਨਾ ਆਪਣਾ, ਅੱਛਾ ਗੁਰਸਾਹਿਬ ਦਰਵਾਜ਼ੇ ਬਾਹਰ ਦਾ ਇੱਧਰ ਦਾ ਪਤਾ, ਗੁਰਸਾਹਿਬ ਦੱਸ ਬੇਬੀ ਵੇਖ ਕੇ ਆਇਆ ਤੇ, ਇੱਧਰ ਵੇਖ ਕੇ ਦੱਸ ਮੈਨੂੰ, ਬੇਬੀ ਵੇਖਿਆ, ਬੇਬੀ ਨਹੀਂ ਵੇਖਿਆ, ਅੱਛਾ ਨਹੀਂ ਵੇਖਿਆ ਬੇਬੀ, ਬੇਬੀ ਵੇਖਿਆ ਜੀ ਅੱਜ ਸਾਹਿਬ ਨੇ, ਬੇਬੀ ਵੇਖਿਆ ਜੀ, ਬੇਬੀ ਵੇਖਿਆ ਸਾਹਿਬ ਨੇ, ਹੈਂ ਮਾਮਾ ਬਾਹਰ ਨੂੰ ਜਾਣ ਦਾ ਵਾਸਤੇ ਆ ਰਹੇ ਤਾਂ ਬਾਹਰ ਚੱਲ ਜਾਣਾ,
ਇੱਧਰ ਵੇਖਣਾ ਫਿਰ ਮੈਨੂੰ ਦੱਸਣਾ ਉਹ ਬੇਬੀ ਕੀ ਕਰਦਾ ਸੀ ਗੁਰ ਸਾਹਿਬ ਬਾਏ ਕਰਦੇ ਫਿਰ ਪਾਪਾ ਨੂੰ ਪਾਪਾ ਕੰਮ ਤੇ ਚੱਲੇ ਬਾਏ ਕਰਦੇ ਫਿਰ ਮੈਨੂੰ ਫਿਰ ਮੈਂ ਫਿਰ ਜਾਵਾਂ ਲੈ ਉਹ ਬਾਹਰ ਨੂੰ ਉਹਨੂੰ ਮੌਕਾ ਉਹ ਮਿਲ ਗਿਆ ਬਾਹਰ ਜਾਣ ਦਾ ਪੂਰਾ ਗੁਰ ਸਾਹਿਬ ਬਾਏ ਮੈਂ ਫਿਰ ਚੱਲਿਆ ਬਾਏ ਮੈਂ ਜਾਵਾਂ ਮੈਂ ਜਾਊਂ ਚਲੋ ਚਲੀਏ ਸ਼ਾਨ ਭਾਗ ਚਲੀਏ ਸ਼ਨੀ ਭਾਗ ਜਾਣਾ ਗੁਰਸ਼ਾਨ ਵੀਰਾ ਨਹੀਂ ਪਾਣੀ ਚ ਨੀ ਹੱਥ ਮਾਰਨੇ ਰਾਤ ਵੀ ਏਦਾਂ ਬਾਥਰੂਮ ਚ ਵੜ ਗਿਆ ਉੱਥੇ ਜਾ ਕੇ ਇੰਨਾ ਕੁਛ ਖਿਲਾਰ ਕੇ ਆਇਆ ਨਾ ਉਹ ਮੰਮਾ ਉਹ ਬੁਲਾਉਣ ਡੇ ਕੀ ਗੱਲ ਹੈ ਗੱਲ ਇਹ ਹੋਈ ਕਿ ਮੈਂ ਸ਼ਾਮੀ ਪਈ ਇਹਨਾਂ ਦੋਵਾਂ ਨੂੰ ਨਵਾ ਲਿਆ ਗੁਰਸ਼ਾਨ ਨੂੰ ਵੀ ਤੇ ਸਾਈਡ ਨੂੰ ਤੇ ਬਾਥਰੂਮ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਵੜ ਗਿਆ ਬਾਥਰੂਮ ਚ ਇਹਨੇ ਜੋ ਕੁਛ ਲੱਭਿਆ ਉੱਥੇ ਲੱਗ ਗਿਆ ਸਮਾਨ ਪਿਆ ਹੁੰਦਾ ਨਾ ਟਰਾਲੀ ਜੀ ਰੱਖੀ ਹੈ ਸਮਾਨ ਵਾਲੀ ਉਹ ਚ ਜੋ ਨਿੱਕਾ ਮੋਟਾ ਸਮਾਨ ਸਭ ਕੁਛ ਚੁੱਕ ਕੇ ਟਾਇਲਟ ਸੀਟ ਚ ਸੁੱਟਦਾ ਜੀ ਨਹੀਂ ਉਹਨਾਂ ਦਾ ਕੰਮ ਹੀ ਖਤਮ ਕਰੋ ਇੱਥੇ ਬਹੁਤ ਖਲਾਰਾ ਪਾਇਆ ਇਹਨਾਂ ਨੇ ਮੈਂ ਸਾਰਾ ਕੁਛ ਸੀਟ ਦੇ ਵਿੱਚ ਸਿੱਟ ਦੇਣਾ ਬਾਅਦ ਚੋਂ ਫਲੱਸ਼ ਹੋ ਜਾਊਗਾ ਮੈਂ ਸਾਰਾ ਕੁਛ ਸਾਫ ਸੂਫ ਕਰਕੇ ਇਹਨਾਂ ਨੂੰ ਨਵਾ ਦਵਾ ਕੇ ਬਾਹਰ ਨਿਕਲੀ ਕੱਪੜੇ ਕੁਪੜੇ ਪਾਏ ਤੇ ਚਲੋ ਜੀ ਕੱਲ ਦੋ ਜਣੇ ਇਕੱਠੇ ਪੜ ਕੇ ਨਹਾਉਣ ਡੇ ਸੀ ਹਨਾ ਇਹ ਤੇ ਉਹਦੇ ਨਾਲ ਵੈਸੇ ਖੁਸ਼ ਰਹਿੰਦਾ ਵਾ ਵੀ ਜਿੱਥੇ ਸ਼ਾਨ ਬੈਠਾ ਉੱਥੇ ਮੈਂ ਆਵਾਂ ਜੋ ਸ਼ਾਨ ਕਰਦਾ ਮੈਂ ਸ਼ਾਨ ਵਾਲ ਵੇਖ ਵੇਖ ਕੇ ਉਹ ਚੀਜ਼ਾਂ ਮੈਂ ਕਰਾਂ ਚਲ ਅੱਜ ਸਾਹਿਬ ਆ ਜਾ ਚਲੀਏ ਬਣ ਗਈ ਸਬਜ਼ੀ ਸਾਡੀ ਆਪਾਂ ਫ੍ਰੀ ਹੋ ਗਏ ਚਲੋ ਮੰਮਾ ਦੇ ਨਾਲ ਚਲੋ 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 ਮੰਮਾ ਦੇ ਨਾਲ ਚਲੋ ਸਾਹਿਬ ਦਰਵਾਜ਼ਾ ਖੁੱਲ ਗਿਆ ਮੈਂ ਵੀ ਚੱਲਾਂ ਚਲੋ ਲੈ ਮੈਂ ਲੈ ਚਲੋ ਚੱਲੀਏ ਆਓ ਚੱਲੀਏ ਬਾਏ ਗੁਰ ਸਾਹਿਬ ਆਪਾਂ ਚੱਲੇ ਸਾਰੇ ਬਾਏ ਆਪਾਂ ਹੁਣ ਚੱਲੇ ਚੱਲ ਆ ਜਾਓ ਭਲਾ ਵੇਖਦੇ ਆਉਂਦਾ ਕਿ ਨਹੀਂ ਇੱਥੇ ਕੈਮਰੇ ਤੇ ਦੇਖਦਾ ਨਹੀਂ ਹਾਂ ਆਏ ਆ ਜਾ ਵੇਖ ਹੁਣ ਇਹਨੇ ਪਿੱਛੇ ਮੁੜ ਜਾਣਾ ਆ ਗਿਆ ਆ ਗਿਆ ਆ ਗਿਆ ਬਣ ਗਈ ਗੱਲ ਮੰਨ ਗਿਆ ਆ ਜਾਓ ਆ ਜਾਓ ਆਪਾਂ ਤਾਂ ਫਰੀ ਹੁਣ ਤਾਂ ਮੈਂ ਫੇਰ ਚੱਲ ਰਿਹਾ ਕੰਮ ਤੇ ਰੋਟੀ ਪਾਣੀ ਖਾ ਕੇ ਆਪਾਂ ਤਾਂ ਹੋ ਗਏ ਵੇਲੇ ਆ ਜਾ ਟਰਾਈ ਮਾਰੀ ਉਹਨੇ ਉਹਦੀ ਪਰ ਉਹਦੇ ਕੋਲ ਬਣੀ ਨੀ ਗੱਲ ਉਹ ਦਰਾਜ਼ ਖੋਲਿਆ ਹੈਗਾ ਉਹਨੇ ਉਹਨੂੰ ਪਤਾ ਲੱਗ ਗਿਆ ਮੈਨੂੰ ਦਵਾਈ ਦੇਣ ਲੱਗੇ ਆ ਨਾਲੇ ਨਾ ਸਾਰੇ ਜਾਣੇ ਜ਼ਿਆਦਾਤਰ ਖਾਸ ਕਰ ਇੱਥੇ ਇਟਲੀ ਵਾਲੇ ਜਿਨ੍ਹਾਂ ਦੇ ਨਿਆਣੇ ਛੋਟੇ ਆ ਸਾਲ ਦੋ ਸਾਲ ਦੇ ਹੁਣ ਆ ਜਦੋਂ ਪੰਗਾਰਾ ਜਿਹਾ ਪੈਣ ਡਿਆ ਬੂਟਿਆਂ ਦਾ ਇੱਕ ਨਾ ਉਹ ਰੂਈ ਜੀ ਬਾਹਰ ਉੱਡਣੀ ਸ਼ੁਰੂ ਹੋ ਗਈ ਆ ਇੰਨੀ ਪਰ ਨਿਆਣਿਆਂ ਨੂੰ ਐਲਰਜੀ ਆ ਛੋਟੇ ਬੱਚਿਆਂ ਨੂੰ ਖਾਸ ਕਰ ਹੋਈ ਦੀ ਉੱਤੋਂ ਤੇ ਆਪਣੇ ਆਪਣੇ ਨਿਆਣੇ ਦਾ ਧਿਆਨ ਸਾਰੇ ਜਾਣੇ ਉਹ ਰੱਖਿਓ ਇਹਨੂੰ ਇੱਕ ਵਾਰ ਹੋ ਚੁੱਕੀ ਆ ਐਲਰਜੀ ਅਸੀਂ ਤੇ ਪਤਾ ਨੀ ਉਹ ਡਰ ਗਏ ਪਤਾ ਨੀ ਕੀ ਚੱਕਰ ਪੈ ਗਿਆ ਇਹਦਾ ਪਰ ਉਹ ਐਲਰਜੀ ਹੀ ਆ ਜਿਹੜਾ ਮੌਸਮ ਹੁਣ ਚੇਂਜ ਹੋਇਆ ਹੁਣ ਕਿਉਂਕਿ ਆ ਬੂਟਿਆਂ ਨੂੰ
ਹੁਣ ਗੁਰਸ਼ਾਨ ਦਾ ਅਸੀਂ ਧਿਆਨ ਉਹ ਰੱਖਦੇ ਹਾਂ ਵੀ ਉਹਨੂੰ ਨਾ ਹੀ ਕੋਈ ਚੀਜ਼ ਤੋਂ ਐਲਰਜੀ ਹੋਏ, ਕਿਉਂਕਿ ਉਹਨੂੰ ਵੀ ਬੜੀ ਛੇਤੀ ਹੁੰਦੀ ਇੱਦਾਂ ਦੀਆਂ ਚੀਜ਼ਾਂ ਤੋਂ ਐਲਰਜੀ। ਦੋਵਾਂ ਜਣਿਆਂ ਨੂੰ ਘੱਟੇ ਤੋਂ ਐਲਰਜੀ ਆ, ਇਹ ਅਸੀਂ ਇਹਨਾਂ ਦੋਵਾਂ ਦੇ ਟੈਸਟ ਕਰਾਏ ਆ। ਉਹਨੂੰ ਗੁਰਸ਼ਾਨ ਨੂੰ ਤਾਂ ਬਹੁਤ ਜ਼ਿਆਦਾ ਮਾੜਾ ਜਿਹਾ ਉਹਨੂੰ ਘੱਟਾ ਚੜ ਜੇ ਨਾਲ ਹੀ ਉਹਦੇ ਸਰੀਰ 'ਤੇ ਉਹ ਧੱਫੜ ਹੋ ਜਾਂਦੇ। ਸਾਹਿਬ ਟੇਸਟ ਵੀ ਹੁਣ ਦਵਾਈ ਆ ਉਹ ਜਿਹੜੀ ਹੈ ਉਹ ਦਵਾਈ ਆ ਤੇ ਗੁਰਸ਼ਾਨ ਛੋਟਾ ਹੁੰਦਾ ਖਾ ਲੈਂਦਾ ਇਹ ਦਵਾਈਆਂ, ਹੁਣ ਵੀ ਨਹੀਂ ਭਾਵੇਂ ਉਹ ਖਾਂਦਾ, ਪਰ ਇਹ ਹੁਣ ਤੋਂ ਹੀ ਨਹੀਂ ਖਾਂਦਾ। ਤੇ ਚਲੋ ਠੀਕ ਆ, ਓਕੇ ਬਾਏ ਬਾਏ ਕਰ ਦੋ ਸਾਹਿਬ, ਗੁਰੂ ਸਾਹਿਬ ਬਾਏ ਕਰ ਦੋ ਬਾਏ। ਗੁਰਸ਼ਾਨ ਰਾਤੀ ਜੇਲ ਕਰਦਾ, ਮੈਂ ਇੱਥੇ ਮੈਨੂੰ ਚਾਦਰਾਂ ਦਾ ਇੱਥੇ ਵਿਛਾ ਦੋ ਤੇ ਇੱਕ ਚਾਦਰ ਉੱਤੇ ਦੇ ਦੋ, ਮੈਂ ਇੱਥੇ ਰਾਤ ਸੌਣਾ। ਮੈਂ ਇਹਨੂੰ ਕਿਹਾ ਨਹੀਂ ਸ਼ਾਨ ਵੀ ਕੱਲ ਨੂੰ ਵੇਖਾਂਗੇ, ਅੱਜ ਨੀ, ਅੱਜ ਤੋਂ ਅੰਦਰ ਸੌ, ਅੱਜ ਸੌ ਜੇ ਕੋਈ ਗੱਲ ਨੀ ਹਨਾ, ਦੋ ਛੁੱਟੀਆਂ ਨੂੰ, ਫਿਰ ਜੇ ਬਾਹਰ ਨਾ ਵੀ ਕੋਈ ਗੱਲ ਨੀ। ਚਲੀਏ ਹੈਂ ਪਾਕੋ, ਚਲੀਏ ਪਾਕੋ, ਚਲੋ ਜੀ ਚਲੋ ਬਾਏ ਕਰ ਦੋ, ਫਿਰ ਚਲੀਏ ਚਾਓ ਚਾਓ ਕਰ ਦੋ, ਚਲੀਏ ਪਾਕੋ ਬਾ ਚਲੋ। ਗੁਗੜੀ ਗੁਗੜੀ ਇਹ ਕਿੱਡਾ ਤਿਆਰ ਹੋ ਕੇ ਬੈਠਾ ਆ ਕਿ ਗੁਰਸ਼ਾਨ ਨੂੰ ਲੈਣ ਜਾਣਾ ਆ, ਮੈਂ ਦੋ ਤਿੰਨ ਮਿੰਟ ਪਹਿਲੇ ਬਾਲ ਦਿੱਤਾ ਕਿ ਤੂੰ ਬਹਿ ਜਾ, ਹੁਣ ਚੀਕਦਾ, ਚਲੋ ਚਲੀਏ ਪਾਕੋ ਨਹੀਂ ਏਦਾਂ ਬੜਾ ਖੁਸ਼ ਰਹਿੰਦਾ, ਚਲ ਕੁਛ ਖਾਣ ਨੂੰ ਦੇਵਾਂ ਤੇ ਫਿਰ ਚੱਲਦੇ ਹਾਂ। ਇੰਨਾ ਲੜਦਾ ਪਿਆ ਨਾ ਉਹਦੇ ਨਾਲ ਜਦੋਂ ਦਾ ਸਕੂਲ ਤੋਂ ਆਇਆ। ਹਾਂਜੀ ਦੇ ਤਾ ਭਾ ਨੇ ਤੈਨੂੰ, ਨਹੀਂ ਦਿੰਦਾ ਭਾ, ਦਿੰਦਾ ਤਾਂ ਹੈਗਾ ਆ ਪੁੱਤ, ਲੈ 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 ਕਿੱਧਰ ਕਿੱਧਰ ਭਾ ਨਹੀਂ ਦਿੰਦਾ, ਵੇਖਿਆ ਚੱਲ ਲੜਨਾ ਫਿਰ ਲੜਨਾ ਲੈ ਭਾ ਨਹੀਂ ਦਿੰਦਾ ਲਿਆ ਮੰਮਾ ਦੇ ਦੋ। ਕਿੱਧਰ ਸੰਗਤ ਕਿੱਧਰ ਚੱਲਿਓ, ਪਤਾ ਨੀ ਕਿਹੜੀਆਂ ਚੀਜ਼ਾਂ ਲੱਭਦਾ ਫਿਰਦਾ ਆ। ਗੁਰੂ ਸਾਹਿਬ ਆਵੇ ਮੰਮਾ ਮੰਨ ਲੇ ਸ਼ਨੀ ਭਾ ਨੇ ਸੱਸ ਪ੍ਰਧਾਨ ਮੈਂ ਵੀਡੀਓ ਵੇਖਣ ਡੀ ਤੇ ਉੱਥੇ ਨਾ ਵੀਰ ਜੀ ਨੇ ਨਾ ਫੋਨ ਕਰਨ ਲਾਇਆ, ਕਹਿੰਦਾ ਹੈਲੋ, ਇਸ ਵੇਲੇ ਵੀ ਕਰਦਾ ਹੈਲੋ ਐਓ ਕਿੱਦਾਂ ਕਰਦੇ ਮਾਮੂ ਮਾਮੂ ਕਿੱਦਾਂ ਕਰਦਾ ਸੀ ਹੈਲੋ, ਮਗਰ ਰੀਸ ਕਰਨ ਲਾਉਣ ਡਿਆ ਓਦਾਂ ਹੀ। ਨਿੱਕੋ ਕਾਕਾ ਵੇਖ 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 ਨਿੱਕੇ ਕਾਕੇ ਦੇ ਕੰਮ ਵੇਖ ਸਾਹਿਬ ਆਈ ਸਾਹਿਬ ਗੁਰ ਸਾਹਿਬ ਸਾਹਿਬ ਆਏ ਬਾਏ, ਮੈਂ ਚੱਲਾਂ ਫਿਰ ਬਾਏ ਬਾਏ। ਹਜੇ ਕਦੇ ਬੋਲਦਾ ਛੋਟਾ ਹੋਏ ਪਤਾ ਨੀ ਇਹਨਾਂ ਚੀਜ਼ਾਂ ਦਾ, ਬਸ ਹੋਰ ਸਾਲ ਠਹਿਰ ਜਾ ਉਹਨੇ ਲੱਗ ਗਈ ਨੀ ਤੈਨੂੰ ਬਾਏ ਲੱਗਣ ਦਿਆ ਕਰਨਾ ਬਾਏ, ਚੀਜ਼ਾਂ ਦਾ ਹੁਣੇ ਚੁੱਕ ਚੁੱਕ ਮੰਨ ਡਿਆ ਬਾਏ ਬਾਏ ਜੂੜੀ ਨੀ ਵੇਖਦਾ ਆਪਣੀ ਕਿੱਧਰ ਨੂੰ ਜਾਣ ਦੀ ਜੂੜੀ
ਜਾ ਰਹੀ ਤੇਰੀ ਜੂਰੀ, ਆ ਜੂਰੀ ਕਿੱਥੇ ਜਾ ਰਹੀ? ਜੂਰੀ 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 ਆਪਣੇ ਕੁਛ ਵੀ ਦੇਣਾ, ਆਪਣੇ ਕੁਛ ਦੇਣਾ, ਆਪਣੇ ਕੁਛ ਦੇਣਾ, ਆਪਣੇ ਕੁਛ ਦੇਣਾ ਉਦਾਂ ਹੀ ਦੱਬਕੇ ਮਾਰਦਾ ਹੈ ਖਡੌੜੇ ਵੱਲ। ਚਲੋ ਖਡੌੜੇ ਵਾਲੀ ਲੈਣ ਵੇ ਕਿੱਦਾਂ ਲਾਈ ਹੈ, ਲੈਣ ਸਿਰ ਵੇਖ ਕਿੱਦਾਂ ਕੀਤੀ ਹੈ, ਹੁਣ ਹੋਰ ਲੈਣ ਤੁਰ ਪਿਆ। ਹੁਣ ਮੈਂ ਫੋਨ ਵੇਖ ਸਕਦਾ, ਫੋਨ ਵੇਖ ਤਾਂ ਸਾਰੇ ਕੋਈ ਹੋਰ ਵੀ ਕੰਮ ਹੁੰਦੇ ਆ ਕਿ ਨਹੀਂ। ਦੁੱਧ ਪੀਓ, ਚਲੋ ਮੂੰਹ ਹੱਥੋਂ ਪਿਓ, ਦੁੱਧ ਪੀਓ ਪਹਿਲਾਂ, ਮੂੰਹ ਹੱਥੋਂ ਪਿਓ ਫਿਰ ਦੁੱਧ ਪੀਓ ਫਿਰ ਫੋਨ ਲੈ ਲਿਓ। ਜਿਹੜਾ ਤੂੰ ਸ਼ਾਨੀ ਨੇ ਗੁਰਸ਼ਾਨ ਨੇ ਲਿਆ ਕੇ ਦਿੱਤਾ ਸੀ ਨਾ, ਹਨਾ ਗੱਲ ਲਿਆ ਕੇ ਦਿੱਤੀ ਸਾਹਿਬ ਹੋਇਆ ਸੀ।